ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਇੱਕ ਹੋਰ ਨਵੇਂ ਬਲੌਗ ਵਿੱਚ। ਉਮੀਦ ਕਰਦੇ ਤੋਂ ਸਾਰੇ ਠੀਕ ਠਾਕ ਹੋਣਗੇ, ਤੰਦਰੁਸਤ ਹੋਣਗੇ। ਸਵੇਰ ਦਾ ਟਾਈਮ ਆ 6:15, 6:30 ਦਾ ਟਾਈਮ ਹੈ ਅਤੇ ਮੈਂ ਬਣਾਉਣਾ ਅੱਜ ਕੱਦੂ, ਮੈਂ ਕੱਟ ਰਹੀ ਹਾਂ ਕੱਦੂ ਦੀ ਸਬਜ਼ੀ। ਅਤੇ ਇਸ ਤੋਂ ਪਹਿਲਾਂ ਮੈਂ ਕੱਪੜੇ ਧੋਏ, ਧੋ ਕੇ ਸੁੱਕਣੇ ਪਾ ਤੇ, ਮੌਸਮ ਖਰਾਬ ਆ, ਰਾਤ ਥੋੜ੍ਹੀ ਬਾਰਿਸ਼ ਆਈ ਸੀ, ਹੁਣ ਵੀ ਬਾਰਿਸ਼ ਵਾਲਾ ਮੌਸਮ ਬਣਿਆ ਪਿਆ, ਇਸ ਕਰਕੇ ਮੈਂ ਅੰਦਰ ਸੁੱਕਣੇ ਪਾ ਤੇ, ਕੁਛ ਮੈਂ ਡਰਾਇੰਗ ਰੂਮ ਵਿੱਚ ਪਾ ਤੇ, ਕੁਛ ਮੈਂ ਸਟੈਂਡ ਅੰਦਰ ਖਿੱਚ ਲਿਆ, ਕੱਪੜਿਆਂ ਦਾ ਸਟੈਂਡ ਤੇ ਪਾ ਤੇ, ਕੱਪੜਿਆਂ ਦਾ ਕੰਮ ਹੋ ਗਿਆ ਖਤਮ। ਅਤੇ ਹੁਣ ਮੈਂ ਬਣਾਉਂਗੀ ਸਬਜ਼ੀ। ਅੱਜ ਮੈਨੂੰ ਹੋਰ ਵੀ ਕਈ ਕੰਮ ਨੇ, ਅੱਜ ਕਾਫੀ ਕੰਮ ਨੇ ਮੈਨੂੰ, ਮੈਂ ਕਿਹਾ ਚਲੋ ਵਲੌਗ ਨਾ ਸ਼ੁਰੂ ਕਰ ਲਾਂ, ਜਦੋਂ ਇੱਕ ਵਾਰ ਵਲੌਗ ਸ਼ੁਰੂ ਹੋ ਜੇ ਫਿਰ ਕੁਛ ਨਾ ਕੁਛ ਥੋੜ੍ਹਾ 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 ਸ਼ੂਟ ਹੁੰਦਾ ਰਹਿੰਦਾ, ਜੇ ਸ਼ੁਰੂ ਹੀ ਨਾ ਕਰੀਏ ਆਪਾਂ ਉੱਥੇ ਆਸ ਆਈ ਜਾਂਦਾ, ਫਿਰ ਨਾ ਕੈਮਰਾ ਖੋਲ੍ਹਣ ਦੀ ਵੀ ਕੌਲ ਹੋ ਜਾਂਦੀ ਹੈਗੀ, ਕਿਉਂਕਿ ਫਿਰ ਹੁਣ ਜਦੋਂ ਇਹ ਕੰਮ ਸ਼ੁਰੂ ਕੀਤਾ ਤਾਂ ਫਿਰ ਇਹ ਵੀ ਜ਼ਰੂਰੀ ਇੱਕ ਵਲੌਗ ਹਰ ਰੋਜ਼ ਚਾਹੀਦਾ ਹੁੰਦਾ। ਹੁਣ ਮੇਰੇ ਬੇਟੇ ਨੂੰ ਆਉਣਾ, ਉਹਨੂੰ ਛੁੱਟੀਆਂ ਨੇ, 4-5 ਛੁੱਟੀਆਂ ਨੇ ਬਸ ਉਹਨੂੰ, ਅਤੇ ਉਹਨੇ ਆਉਣਾ, ਉਹ ਕਹਿੰਦਾ ਮੰਮਾ ਮੈਂ ਕੱਦੂ ਖਾਣਾ, ਕਹਿੰਦੇ ਕੱਦੂ ਖਾਣ ਨੂੰ ਬਹੁਤ ਹੀ ਕਰਦਾ, ਦੁੱਧ ਵਾਲਾ ਕੱਦੂ ਨਹੀਂ ਇੱਥੇ ਮਿਲਦਾ ਹੈਗਾ। ਮੈਂ ਕਿਹਾ ਚਲਾ ਦਿਆ ਫਿਰ ਛੁੱਟੀਆਂ 'ਚ ਜਿਹੜਾ ਕੁਛ ਖਾਣਾ ਹੋਇਆ ਖਾ ਲਈ, ਦੱਸਦੀ ਕੁਛ ਤਾਂ ਮੈਨੂੰ ਫੋਨ 'ਤੇ ਉਹਨੇ ਦੱਸਦਾ ਮੰਮਾ ਮੈਂ ਆਹ ਖਾਣਾ ਆਹ ਖਾਣਾ। ਅਤੇ ਜਿਵੇਂ ਕੱਲ੍ਹ ਮੈਂ ਪਾਪੜ ਤਿਆਰ ਕਰਕੇ ਰੱਖ ਲਈ, ਤਾਂ ਅੱਜ ਵੀ ਇੱਕ ਚੀਜ਼ ਮੈਂ ਉਹਦੇ ਵਾਸਤੇ ਹੋਰ ਬਣਾਉਂ, ਕੁਛ ਅਜਿਹੀਆਂ ਚੀਜ਼ਾਂ ਜਿਹੜੀਆਂ ਮੌਕੇ 'ਤੇ ਬਣਨਗੀਆਂ ਹੈ ਨਾ। ਇੱਕ ਅਰਬੀ ਸਬਜ਼ੀ, ਕਹਿੰਦਾ ਕਹਿੰਦਾ ਮੰਮਾ ਅਰਬੀ ਸਬਜ਼ੀ ਨਹੀਂ ਮਿਲਦੀ, ਵੀ ਮੈਂ ਅਰਬੀ ਸਬਜ਼ੀ ਖਾਣੀ ਆ, ਮੈਂਗੋ ਸ਼ੇਕ ਪੀਣਾ, ਕਈ ਚੀਜ਼ਾਂ ਉਹਨੇ ਮੈਨੂੰ ਦੱਸੀਆਂ ਨੇ। ਫਿਰ ਬੱਚਿਆਂ ਨੂੰ ਉਹ ਚੀਜ਼ਾਂ ਘਰ ਵਾਲੀਆਂ ਸਾਰੀਆਂ ਨਹੀਂ ਨਾ ਮਿਲਦੀਆਂ ਬਾਹਰ, ਇਸ ਲਈ ਕਹਿੰਦੇ ਨੇ ਘਰ ਵਰਗੀਆਂ ਦਾ ਕਿਤੇ ਮੌਜ ਨਹੀਂ ਹੈਗੀ। ਬੇਟੀ ਆ ਮੇਰੀ, ਉਹ ਵੀ ਕਹਿ ਦਿੰਦੀ ਆ ਮੰਮਾ ਤੁਹਾਡੇ ਹੱਥ ਦਾ ਖਾਣਾ ਖਾਣ ਨੂੰ ਬਹੁਤ ਜੀ ਕਰਦਾ, ਮੈਂ ਰਾਜਮਾਂਹ ਚਾਵਲ ਬਹੁਤ ਮਿਸ ਕਰਦੀ ਹਾਂ ਤੁਹਾਡੇ, ਰਾਜਮਾਂਹ ਚਾਵਲ ਦੇ ਬਹੁਤ ਸ਼ੌਕੀਨ ਸੀ, ਬਹੁਤ ਜ਼ਿਆਦਾ ਰਾਜਮਾਂਹ ਚਾਵਲ ਦੇ ਸ਼ੌਕੀਨ ਸੀ ਉਹ। ਉਹ ਵੀ ਕਹਿੰਦੇ ਮੰਮਾ ਮੈਂ ਰਾਜਮਾਂਹ ਚਾਵਲ ਦੀ ਤੁਹਾਡੇ ਹੱਥ, ਜਿਹਦੇ ਮੈਂ ਆਉਣਾ ਨਾ ਬਸ ਮੇਰੇ ਵਾਸਤੇ ਰਾਜਮਾਂਹ ਚਾਵਲ ਬਣੇ ਹੋਣੇ ਚਾਹੀਦੇ, ਮੈਂ ਆ ਕੇ ਪਹਿਲਾਂ ਰਾਜਮਾਂਹ ਚਾਵਲ ਹੀ ਖਾਣੇ ਨੇ। ਕਹਿੰਦੇ ਗੁਰਦਾਸ ਮਾਨ ਦਾ ਸੌਂਗ ਵੀ ਹੈਗਾ, ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਚਿੱਤ ਕਰਦਾ। ਸੱਚੀ ਗੱਲ ਆ, ਮਾਂ ਦੇ ਹੱਥ ਦੀ ਰੋਟੀ ਕਿਤੇ ਨਹੀਂ ਮਿਲਦੀ ਹੈਗੀ, ਘਰੇ ਜਦੋਂ ਬੱਚੇ ਰਹਿੰਦੇ ਨੇ ਉਦੋਂ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਇਸ ਗੱਲ ਦਾ, ਉਹਨਾਂ ਨੂੰ ਅਹਿਸਾਸ ਨਹੀਂ ਹੁੰਦਾ ਹੈਗਾ ਵੀ ਮਾਂ ਦੇ ਹੱਥ ਦਾ ਖਾਣਾ ਕੀ ਚੀਜ਼ ਆ। ਉਦੋਂ ਤੋਂ ਬਹੁਤ ਨਖਰੇ ਕਰਦੇ ਨੇ, ਬਹੁਤ ਨਖਰੇ ਕਰਦੇ ਨੇ, ਜਦੋਂ ਘਰ ਤੋਂ ਦੂਰ ਜਾਂਦੇ ਆ ਨਾ, ਘਰੋਂ ਬਾਹਰ ਜਾਂਦੇ ਨੇ ਫਿਰ ਪਤਾ ਲੱਗਦਾ, ਘਰ ਦੇ ਖਾਣੇ ਦੀ ਕੀਮਤ ਆਪਾਂ ਨੂੰ ਫਿਰ ਪਤਾ ਲੱਗਦਾ ਜਦੋਂ ਘਰੋਂ ਬਾਹਰ ਜਾਣਾ ਪੈਂਦਾ। ਘਰੇ ਹੁੰਦੇ ਹੋਏ ਤਾਂ ਆਪਾਂ ਬਹੁਤ ਨਖਰੇ ਕਰਦੇ ਹਾਂ, ਉਹ ਨਹੀਂ ਖਾਣਾ ਉਹ ਨਹੀਂ ਖਾਣਾ, ਹੈ ਨਾ। ਕੱਦੂ ਕੱਟ ਲਿਆ, ਮੈਂ ਕਰਦੀ ਹੁਣ ਤੜਕੇ ਤਿਆਰੀ। ਮੈਂ ਨਾ ਫਿਰ ਬੇਸਣ ਲੱਗ ਗਈ ਸੀ ਭੁੰਨਣ, ਸਬਜ਼ੀ ਮੈਂ ਬਣਾਤੀ ਸੀਗੀ, ਅਤੇ ਮੈਂ ਚੱਲ ਮੈਂ ਬੇਸਣ ਭੁੰਨਣਾ, ਕਿਉਂਕਿ ਫਿਰ ਬੇਸਣ ਭੁੰਨ ਕੇ ਠੰਡਾ ਹੋਣ 'ਤੇ ਵੀ ਟਾਈਮ ਲੱਗਦਾ, ਵੀ ਇਹਨੇ ਮੈਂ ਕੰਮ ਕਰ ਲੂੰਗੀ, ਕੰਮ ਖਤਮ ਹੋਣਗੇ ਠੰਡਾ ਹੋ ਜੂ, ਫਿਰ ਮੈਂ ਚੀਨੀ ਰਲਾ ਦੂੰਗੀ ਇਹਦੇ ਵਿੱਚ, ਜਿਹੜੇ ਇੱਕ ਵਾਰ ਤਾਂ ਇਕੱਲਾ ਭੁੰਨ ਕੇ ਹੀ ਰੱਖਣਾ ਹੁੰਦਾ। ਮੈਂ ਭੁੰਨ ਰਹੀ ਸੀ ਬੇਸਣ, ਮੈਂ ਲੈਣੀ ਹੁੰਦੀ ਹਾਂ ਅੱਧਾ ਦਾਣੇਦਾਰ ਬੇਸਣ, ਅੱਧਾ ਦੂਸਰਾ ਪਲੇਨ ਬੇਸਣ, ਜਿਹੜਾ ਆਪਾਂ ਕੜੀ ਜਾਂ ਪਕੌੜੇ ਨੂੰ ਯੂਜ਼ ਕਰਦੇ ਹਾਂ, ਦੋਨੇ ਮਿਕਸ ਕਰਕੇ ਲੈਣੀ ਹੁੰਦੀ ਹਾਂ। ਜੇ ਤੁਹਾਡੇ ਕੋਲ ਦਰਦਰਾ ਬੇਸਣ ਨਹੀਂ ਹੈ ਤਾਂ ਤੁਸੀਂ ਸੂਜੀ ਵੀ ਲੈ ਸਕਦੇ ਹੋ, ਉਹਦੀ ਜਗ੍ਹਾ ਚੌਥਾ ਹਿੱਸਾ ਸੂਜੀ ਦਾ ਲੈ ਲਓ ਜਿੰਨਾ ਬੇਸਣ ਲੈ ਰਹੇ ਹੋ। ਮੈਂ ਦੋਨੇ ਬੇਸਣ ਰਲਾ ਕੇ ਅੱਧਾ ਅੱਧਾ ਲੈ ਲੈਂਦੀ ਹੁੰਦੀ ਹਾਂ। ਅੱਜ ਮੈਂ ਬੇਸਣ ਲਿਆ ਸੀ, 700 ਗ੍ਰਾਮ ਬੇਸਣ ਲਿਆ ਸੀ, ਅੱਧਾ ਦਰਦਰਾ ਲੈ ਲਿਆ, ਅੱਧਾ ਬਰੀਕ ਲੈ ਲਿਆ, ਦੋਨਾਂ ਨੂੰ ਇਹਨੂੰ ਦੇਸੀ ਘਿਓ 'ਚ ਭੁੰਨ ਲਾਂਗੇ, ਦੇਸੀ ਘਿਓ 'ਚ ਸਵਾਦ ਲੱਗਦੇ ਲੱਡੂ। ਮੈਂ ਇਹ ਬਣਾ ਰਹੀ ਹਾਂ ਬੇਟੇ ਲਈ ਲੱਡੂ, ਉਹਨੇ ਮੈਨੂੰ ਕਿਹਾ ਨਹੀਂ ਹੈਗਾ ਲੱਡੂ, ਪਰ ਮੈਨੂੰ ਪਤਾ ਉਹਨੂੰ ਪਸੰਦ ਨਹੀਂ, ਚੱਲ ਕੁਛ ਨਾ ਕੁਛ ਉਹ ਖਾ ਲੂਗਾ, ਸਾਰੇ ਖਾ ਲੈਣਗੇ ਬਹਾਨੇ ਨਾਲ, ਦੇ ਘਰ ਚੀਜ਼ ਬਣਦੀ ਫਿਰ ਤਾਂ ਸਾਰਿਆਂ ਤੋਂ ਹੀ ਖਾਧੀ ਜਾਂਦੀ ਹੁੰਦੀ ਹੈ। ਇਹ ਮੈਂ ਹੁਣ ਅਚਾਰ ਵਾਲਾ ਵਰਤਮਾਨ ਵਿਹਲਾ ਕਰਦੀ ਸੀ, ਵਿਹਲਾ ਕਰਨਾ ਸੀ, ਅਚਾਰ ਨਵਾਂ ਪਾਵਾਂਗੇ ਅੰਬ ਦਾ, ਅਤੇ ਕਿ ਮੈਂ ਕਿਹਾ ਚੱਲ ਵਿਹਲਾ ਕਰਕੇ ਰੱਖ ਲਾਂ, ਤੁਰਤ ਕਈ ਵਾਰ ਫਿਰ ਟਾਈਮ ਨਹੀਂ ਲੱਗਦਾ ਹੈਗਾ, ਅੱਛੀ ਤਰ੍ਹਾਂ ਸੁੱਕ ਜੂ, ਧੁੱਪ ਲਵਾ ਦਾਂਗੇ। ਇਹ ਅਚਾਰ ਬਹੁਤ ਪੁਰਾਣਾ ਪਾਇਆ ਹੋਇਆਗਾ, ਜਦੋਂ ਕੋਵਿਡ ਆਇਆ ਸੀ 2020 'ਚ ਉਦੋਂ ਦਾ ਪਾਇਆ ਹੋਇਆ, ਉਸ ਤੋਂ ਬਾਅਦ ਅਸੀਂ ਇਸ ਸਾਲ ਅਚਾਰ ਪਾਵਾਂਗੇ। ਅੰਬ ਦੇ ਅਚਾਰ ਵਾਲਾ ਵਰਤਮਾਨ ਮੈਂ ਕਰਤਾ ਵਿਹਲਾ, ਉਸਨੂੰ ਨਵਾਂ ਅਚਾਰ ਪਾ ਲਾਂਗੇ, ਅਤੇ ਪੁਰਾਣਾ ਅਚਾਰ ਮੈਂ ਆਹ ਛੋਟੇ ਵਰਤਮਾਨ 'ਚ ਕੱਢ ਕੇ ਰੱਖਤਾ। ਅਚਾਰ ਸਾਡੇ ਬਹੁਤ ਘੱਟ ਲੱਗਦਾ, ਇਹ ਵੀ 2020 ਦਾ ਅਚਾਰ ਪਾਇਆ ਹੋਇਆ, 3 ਸਾਲ ਹੋ ਗਏ, 2021-22 ਚੱਲ ਰਿਹਾ ਹੁਣ, ਅਤੇ ਹਲੇ ਵੀ ਇੰਨਾ ਬਚ ਗਿਆ ਸਾਡੇ, ਤਾਂ ਸਾਨੂੰ ਤਾਂ ਸਾਲ ਭਰ ਇਹੀ ਨਹੀਂ ਮੁੱਕਣਾ ਹੈਗਾ, ਬਹੁਤ ਘੱਟ ਅਚਾਰ ਲੱਗਦਾ ਸੀ, ਅਚਾਰ ਬਹੁਤ ਘੱਟ ਖਾਂਦੇ। ਬੇਸਣ ਠੰਡਾ ਹੋ ਚੁੱਕਾ, ਹੁਣ ਆਪਾਂ ਨਾ ਚੀਨੀ ਲਾ ਦਿੰਦਾ, ਇਹਦੇ ਵੀ ਦੇਸੀ ਖੰਡ, ਇਹ ਮੈਂ ਛਾਣ ਲਈ ਸੀ, ਛਾਣੀ ਹੋਈ ਦੇਸੀ ਖੰਡ, ਅੱਛੀ ਤਰ੍ਹਾਂ ਮਿਕਸ ਕਰ ਲਾਂਗੇ। ਵੈਸੇ ਤਾਂ ਨਾ ਬੇਸਣ ਬਿਲਕੁਲ ਜੁੜਿਆ ਪਿਆ, ਜੇ ਆਪਾਂ ਲੱਡੂ ਆਏ ਆਰਾਮ ਨਾਲ ਬਣ ਰਹੇ ਨੇ, ਪਰ ਜਿਵੇਂ ਗਰਮੀ ਦਾ ਮੌਸਮ ਆਪਾਂ ਇਹਨੂੰ ਬਣਾ ਕੇ ਰੱਖਾਂਗੇ, ਫਲੈਟ ਹੋ ਜਾਣਗੇ, ਬਿਲਕੁਲ ਸ਼ੇਪ ਖਰਾਬ ਹੋ ਜੂਗੀ ਇਹਨਾਂ ਦੀ, ਹੁਣ ਤਾਂ ਲੱਡੂ ਤਾਂ ਬਣੀ ਜਾਂਦੇ ਨਾ ਦੇਖੋ, ਇਸ ਕਰਕੇ ਮੈਂ ਥੋੜ੍ਹਾ ਜਿਹਾ ਠੰਡੇ ਦੁੱਧ ਦਾ ਛਿੱਟਾ ਦਿੰਦੀ ਹਾਂ, ਬਹੁਤ ਜ਼ਿਆਦਾ ਨਿਰਨ ਨਹੀਂ, ਖੁਸ਼ਕ ਹੋ ਜਾਣਗੇ ਬਿਲਕੁਲ ਹੀ, ਬਸ ਸਿਰਫ ਇੰਨਾ, ਇੱਕ ਚੂਲੀ ਦੁੱਧ ਦੇ ਭੁੱਪ ਆ ਜਾਂਦੇ ਇਹਦੇ ਵਿੱਚ, ਫਿਰ ਸ਼ੇਪ ਵਧੀਆ ਬਣ ਗਈ ਲੱਡੂਆਂ ਦੀ।
ਸਰਦੀ ਵਿੱਚ ਲੋੜ ਨਹੀਂ ਹੁੰਦੀ, ਗਰਮੀ ਵਿੱਚ ਕੀ ਹੁੰਦਾ ਨਾ ਘਿਓ ਜੰਮਦਾ ਨਹੀਂ ਹੈਗਾ, ਢਿੱਲਾ ਹੀ ਰਹਿੰਦਾ, ਇਸ ਕਰਕੇ ਇਹਨਾਂ ਦੀ ਸ਼ੇਪ ਗਰਮੀ ਥੋੜ੍ਹੀ ਔਖੀ ਬਣਦੀ ਹੈ। ਦੁੱਧ ਠੰਡਾ ਪਾਉਣਾ ਆਪਾਂ, ਫਰਿੱਜ ਵਾਲਾ ਦੁੱਧ ਪਾ ਲਓ ਅਤੇ ਵਧੀਆ ਲੱਡੂ ਬਣ ਜਾਣੇ। ਫਿਰ ਜੇ ਤੁਸੀਂ ਲੱਡੂ ਨਹੀਂ ਬਣਦੇ ਨਾ, ਜੇ ਤੁਸੀਂ ਘਿਓ ਜ਼ਿਆਦਾ ਹੀ ਪਾਇਆ ਤਾਂ ਫਿਰ ਦੁੱਧ ਜ਼ਿਆਦਾ ਪਊਗਾ। ਮੈਂ ਘਿਓ ਜ਼ਿਆਦਾ ਨਹੀਂ ਪਾਇਆ ਸੀ, ਘੱਟ ਹੀ ਪਾਇਆ ਸੀ, ਬਸ ਇੰਨੇ ਕੁ ਦੁੱਧ ਪਾਉਣਾ ਠੀਕ ਹੋ ਗਿਆ। ਇਹ ਹੁਣ ਆਪਾਂ ਬਣਾਉਣੇ ਲੱਡੂ, ਵਧੀਆ ਬਣਨਗੇ ਦੇਖੋ। ਹੁਣ ਦੇਖੋ ਵਧੀਆ ਲੱਡੂ ਬਣਨ ਲੱਗ ਗਏ। ਲੱਡੂ ਬਣ ਕੇ ਤਿਆਰ ਨੇ, ਲੱਡੂ ਮੈਂ ਸਾਰੇ ਬਣਾ ਲਏ। ਲੱਡੂ ਬਣਾ ਕੇ ਮੈਂ ਕਿਚਨ ਵੀ ਸਾਰੀ ਸਾਫ਼ ਕਰਤੀ, ਭਾਂਡੇ ਵੀ ਮਾਂਜਣ ਵਾਲੇ ਪਏ ਸੀ ਉਹ ਵੀ ਮਾਂਜਤੇ। ਟਾਈਮ 10 ਵਜਣ ਵਾਲਾ ਇਹਨੇ, 5-7 ਮਿੰਟ ਰਹਿੰਦੇ 10 ਵਜਣ 'ਚ, ਅਤੇ ਹੁਣ ਮੈਂ ਨਹਾਉਂਗੀ। ਲੱਡੂ ਬਣ ਕੇ ਤਿਆਰ ਨੇ, ਆ ਜਾਓ ਤੁਸੀਂ ਵੀ ਘਰ ਚਾਹ ਨਾਲ, ਤੁਹਾਨੂੰ ਵੀ ਲੱਡੂ ਖਵਾਉਂਗੀ, ਜ਼ਰੂਰ ਟੇਸਟ ਕਰੋ, ਆਓ ਕਦੇ ਮੌਕਾ ਦਿਓ। ਘਰ ਦੇ ਬੇਸਣ ਦੇ ਲੱਡੂ ਨਾ ਬਹੁਤ ਜ਼ਿਆਦਾ ਟੇਸਟੀ ਲੱਗਦੇ, ਜਿਹੜੇ ਬਾਜ਼ਾਰ ਵਾਲੇ ਲੱਡੂ ਹੁੰਦੇ ਨੇ ਘੱਟ ਰਾੜਿਆ ਹੁੰਦਾ ਬੇਸਣ, ਉਹਨਾਂ ਬੇਸਣ ਦਾ ਵਧੀਆ ਟੇਸਟ ਨਹੀਂ ਆਉਂਦਾ। ਘਰ ਆਪਾਂ ਪੂਰਾ ਅੱਛੀ ਤਰ੍ਹਾਂ ਉਹਨਾਂ ਨੂੰ ਰਾੜਦੇ, ਬੇਸਣ ਨੂੰ ਰਾੜਦੇ ਹਾਂ ਨਾ, ਅਤੇ ਫਿਰ ਬਹੁਤ ਹੀ ਅੱਛਾ ਟੇਸਟ ਹੁੰਦਾ ਰੜੇ ਹੋਏ ਬੇਸਣ ਦਾ। ਲੱਡੂ ਬਣ ਕੇ ਮੇਰੇ ਤਿਆਰ ਨੇ, ਠੰਡੇ ਹੋ ਗਏ ਤਾਂ ਮੈਂ ਡੱਬੇ 'ਚ ਪਾ ਕੇ ਰੱਖ ਦੂੰਗੀ ਇਹਨਾਂ ਨੂੰ। ਇੱਕ ਵਾਰ ਇਹਨਾਂ ਨੂੰ ਕੱਪੜੇ ਨਾਲ ਪੌਣੇ ਨਾਲ ਢੱਕ ਦਿੰਦੀ ਹਾਂ, ਅਤੇ ਹੁਣ ਮੈਂ ਜਾ ਕੇ ਨਹਾਉਂਦੀ ਹਾਂ। ਹੁਣ ਮੈਂ ਨਾ ਕਿਚਨ ਵਾਲੇ ਟੋਵਲ ਧੋਰੀ ਸੀ, ਮੈਂ ਭਿੰਨਤੇ ਸੀਗੇ। ਇੱਕ ਤਾਂ ਭਾਂਡੇ ਸਾਫ਼ ਕਰਨ ਨਾਲ, ਜਿਹਨਾਂ ਮੈਂ ਭਾਂਡੇ ਦਾ ਪਾਣੀ ਸਾਫ਼ ਕਰਦੀ ਹੁੰਦੀ ਧੋਤੇ ਭਾਂਡਿਆਂ ਦਾ, ਅਤੇ ਇੱਕ ਕਿਚਨ ਵਾਲਾ ਟੋਵਲ ਜਿਹਨਾਂ ਹੱਥ ਸਾਫ਼ ਕਰਦੇ ਹੁੰਦੇ ਹਾਂ। ਇਹ ਦੋਨੇ ਮੈਂ ਅਲੱਗ ਅਲੱਗ ਗਰਮ ਪਾਣੀ ਸਰਫ਼ ਪਾ ਕੇ ਭਿਉਂਦੇ ਸੀ, ਅਤੇ ਬਾਹਰ ਥੋੜ੍ਹਾ ਥੋੜ੍ਹਾ ਥਾਪੇ ਨਾਲ ਕੁੜਤੇ, ਬਸ ਹਲਕੀ ਹਲਕੀ ਮੈਲ ਹੁੰਦੇ, ਕਿਉਂਕਿ ਮੈਂ ਬਹੁਤ ਜਲਦੀ ਧੋ ਲੈਂਦੀ ਹਾਂ। ਇਹ ਨਹੀਂ ਕਿ ਬਹੁਤ ਜ਼ਿਆਦਾ ਮੈਂ ਗੰਦੇ ਕਰੂੰ, ਮੈਂ ਫੇਰ ਧੋਊਂਗੀ, ਥੋੜ੍ਹਾ ਜਿਹਾ ਐਂ ਲੱਗਦਾ ਵੀ ਗੰਦੇ ਹੋ ਗਏ ਉਹਦੀ ਮੈਂ ਧੋਲਾ ਨਹੀਂ ਹੁੰਦੀ ਇਹਨਾਂ ਨੂੰ, ਕਿਉਂਕਿ ਫਿਰ 2-3 ਦਿਨਾਂ ਬਾਅਦ ਤਾਂ ਇਹ ਧੋਣੇ ਹੀ ਪੈਂਦੇ ਨੇਗੇ। ਕਿਹੜਾ ਕੋਈ ਐਂ ਵੀ 7-10 ਦਿਨ ਲੰਘ ਜਾਂਦੇ ਨੇ, ਵੱਧ ਤੋਂ ਵੱਧ 2 ਦਿਨ ਜਾਂ 3 ਦਿਨ ਚੱਲ ਜਾਂਦੇ ਨੇ। ਬਾਕੀ ਡਿਪੈਂਡ ਕਰਦਾ ਆਪਾਂ ਕਿੰਨਾ ਕਿਚਨ 'ਚ ਕੰਮ ਕਰਨੇ, ਕਿੰਨਾ ਹੱਥ ਸਾਫ਼ ਕਰ ਰਹੇ ਨੇ ਨਾਲ। ਇਹ ਮੈਂ ਅਲੱਗ ਅਲੱਗ ਹੀ ਦੋਨੇ ਭਿੰਨਤੇ ਸੀ, ਕਿਉਂਕਿ ਅਲੱਗ ਅਲੱਗ ਹੀ ਧੋਣੇ ਪੈਂਦੇ ਨੇ, ਫਿਰ ਹੀ ਠੀਕ ਰਹਿੰਦੇ ਨੇਗੇ। ਔਰ ਕਿਚਨ ਵਾਲੇ ਕੱਪੜੇ ਧੋਣੇ, ਇਹਨਾਂ ਨੂੰ ਸਾਫ਼ ਰੱਖਣਾ ਨਾ ਇੱਕ ਬਹੁਤ ਜ਼ਿਆਦਾ ਵੱਡਾ ਤੁਸੀਂ ਕਹਿ ਲਓ ਕੰਮ ਹੋ ਜਾਂਦਾ ਗਾ। ਸਫਾਈ ਰੱਖਣੀ ਬਹੁਤ ਮੁਸ਼ਕਲ ਆ ਘਰ ਦੀ, ਬਹੁਤ ਜਿੰਨੀ ਮਰਜ਼ੀ ਤੁਸੀਂ ਰੱਖ ਲਓ, ਫਿਰ ਵੀ ਕਿਤੇ ਨਾ ਕਿਤੇ ਕੁਛ ਨਾ ਕੁਛ ਗੰਦਗੀ ਕੀਤੀ ਰਹੀ ਜਾਂਦੀ ਆ। ਆ ਦੇਖੋ ਹੁਣ ਵੀ ਮੈਂ ਅਲੱਗ ਹੀ ਪਾਏ ਨੇ, ਇਕੱਠੇ ਨਹੀਂ ਮੈਂ ਕਰੇ ਹੈਗੇ ਇਹ, ਅਤੇ ਹੁਣ ਇਹਨਾਂ ਨੂੰ ਅੱਛੀ ਤਰ੍ਹਾਂ ਇਹ ਥਾਪੇ ਨਾਲ ਨਾ ਕੁੱਟ ਕੇ, ਮੈਨੂੰ ਤਸੱਲੀ ਹੋ ਜਾਂਦੀ ਵੀ ਸਾਫ਼ ਹੋ ਗਏ। ਹੁਣ ਮੈਂ ਬਾਤੇ ਸੁੱਕਣੇ ਇਹ ਨਾਲ ਦੀ ਨਾਲ ਹੀ ਧੋਤੇ, ਕਈ ਵਾਰ ਤਾਂ ਮੈਂ ਵਾਸ਼ਿੰਗ ਦੇ 'ਚ ਰੱਖੇ ਹੁੰਦੇ ਹਾਂ ਫਿਰ ਧੋਊਂਗੀ, ਅੱਜ ਮੈਂ ਨਾਲ ਦੀ ਨਾਲ ਹੀ ਧੋਤੇ, ਮੈਂ ਚੱਲ ਘੋਲ ਨਹੀਂ ਕਰਦੀ ਹੈਗੀ। ਹੁਣ ਮੈਂ ਪੀ ਲਈ ਸ਼ਾਮ ਨੂੰ 5 ਵਜੇ ਕੌਫੀ, ਕੌਫੀ ਪੀ ਕੇ ਮੈਂ ਕਰੂੰਗੀ ਡਸਟਿੰਗ, ਅਤੇ ਅਸੀਂ ਕੱਲ੍ਹ ਨੂੰ ਸਵੇਰੇ ਜਾਣਾ ਪੇਕੇ ਮੰਮੀ ਕੋਲ, ਆਉਣ ਲੱਗ ਜਾਣੇ 2 ਦਿਨ, ਇਸ ਕਰਕੇ ਫਿਰ ਮੈਂ ਤੋਂ ਡਸਟਿੰਗ ਅੱਜ ਵੀ ਨਹੀਂ ਹੋਈ ਸਵੇਰੇ, ਇਸ ਕਰਕੇ ਮੈਂ ਕਰ ਦੂੰਗੀ ਡਸਟਿੰਗ, ਸ਼ਾਮ ਨੂੰ ਕਰਕੇ ਰੱਖ ਦੂੰਗੀ, ਕਿਉਂਕਿ ਸਵੇਰੇ ਤਾਂ ਜਲਦੀ ਚੱਲੇ ਆਉਣਾ। ਤੁਹਾਨੂੰ ਫਿਰ 2 ਦਿਨ ਉਹਨਾਂ ਨੂੰ ਪੇਟੀ ਨਾ ਜਾਣਾ, ਫਿਰ ਮੈਂ ਉਹਨਾਂ ਬੀਬੀ ਹੋ ਲੈਣਾ, ਉਹਨੇ ਬਾਜ਼ਾਰ ਜਾਣਾ, ਕੋਈ ਆਪਦੀ ਚੀਜ਼ ਲੈਣੀ, ਜੋ ਉਹਨੂੰ ਮੈਂ ਕੁਛ ਵੀ ਖਾਣ ਨੂੰ ਬਣਾ ਕੇ ਦੇਣਾ, ਫਿਰ ਮੈਂ ਜਿਹੜੇ ਦਿਨ ਉਹਨੇ ਜਾਣਾ 3 ਦਿਨ 4 ਦਿਨ, ਫਿਰ ਮੈਂ ਸਫਾਈ ਨਹੀਂ ਬਿਲਕੁਲ ਵੀ ਹੋਣੀ ਹੈਗੀ, ਔਰ ਨਾ ਮੈਂ ਧਿਆਨ ਦੇਵਾਂ ਫਿਰ ਸਫਾਈ ਦਾ, ਕਿਉਂਕਿ ਬੱਚਾ ਨਾ ਸਮਾਂ ਸੱਟਣ ਆਇਆ, ਫਿਰ ਮੈਂ ਉਹਦੇ ਵੱਲ ਧਿਆਨ ਦੇਵਾਂਗੀ, ਜੋ ਉਹਨੇ ਖਾਣਾ ਪੀਣਾ ਉਹਦੇ ਵੱਲ ਮੈਂ ਧਿਆਨ ਦੇਵਾਂਗੀ ਨਾ। ਫਿਰ ਸਫਾਈ ਦਾ ਮੈਨੂੰ ਕੋਈ 4 ਦਿਨ ਕੋਈ ਨਹੀਂ ਹੈਗਾ, ਘਰ ਗੰਦਾ ਵੀ ਦੇ ਰੋਜ਼ 4 ਦਿਨ ਕੋਈ ਗੱਲ ਨਹੀਂ, ਕਿਉਂਕਿ ਫਿਰ ਜੋ ਨੂੰ ਚਲੇ ਜਾਣਾ ਮੈਂ ਫਿਰ ਦੋਵਾਂ ਵਿਹਲੀ ਹੋ ਜਾਣਾ, ਫਿਰ ਮੈਂ ਸਫਾਈ ਕਰਨ ਦੀ ਹੈ, ਇਸ ਕਰਕੇ ਮੈਂ ਕਰਦੀ ਹਾਂ ਡਸਟਿੰਗ। ਫਿਰ ਮੈਂ ਹੁਣ ਲੱਗ ਗਈ ਸੀ ਡਸਟਿੰਗ ਕਰਨ, ਅੱਜ ਮੈਂ ਸ਼ਾਮ ਨੂੰ ਡਸਟਿੰਗ ਕਰ ਰਹੀ ਹਾਂ। ਚਲੋ ਫਿਰ ਮੈਨੂੰ ਐਂ ਹੋ ਗਿਆ ਵੀ ਅੱਜ ਚੱਲ ਹੁਣ ਡਸਟਿੰਗ ਕਰ ਹੀ ਲਵਾਂ, ਫਿਰ ਮੈਂ ਅਸੀਂ 2 ਦਿਨ ਪਿੰਡ ਜਾਣਾ ਉੱਧਰ ਲੱਗ ਜਾਣਗੇ, ਫਿਰ ਮੇਰੇ ਬੇਟੇ ਨੇ ਆਉਣਾ, 4 ਦਿਨ ਅਸੀਂ ਉਹਦੇ ਨਾਲ ਬਿਜ਼ੀ ਰਹਿਣਾ, ਵੀ ਮੇਰੇ ਤੋਂ ਸਫਾਈ ਨਹੀਂ ਹੋਣੀ, ਫਿਰ ਮੈਂ ਲਾਲਚ ਵੀ ਨਹੀਂ ਕਰਨਾ ਹੈਗਾ ਸਫਾਈ ਕਰਨ ਦਾ, ਕਿਉਂਕਿ ਬੱਚਾ ਮਾਸਾ ਘਰ ਆਊਗਾ ਫਿਰ ਉਹਦੇ ਨਾਲ ਟਾਈਮ ਸਪੈਂਡ ਕਰੂੰਗੀ, ਹੈ ਨਾ, ਫਿਰ ਮੈਂ ਖਾਣ ਪਕਾਉਣ 'ਚ ਵੀ ਬਿਜ਼ੀ ਰਹਿਣਾ, ਫਿਰ ਕੁਛ ਉਹਨਾਂ ਬਾਜ਼ਾਰ ਦੇ ਗੇੜੇ ਵੀ ਲੱਗਣਗੇ, ਅਤੇ ਇਸ ਕਰਕੇ ਮੈਂ ਚੱਲ ਇੱਕ ਵਾਰ ਹੁਣ ਮੈਂ ਸਫਾਈ ਕਰਦਾ, ਇਸ ਲਈ ਮੈਂ ਸ਼ਾਮ ਨੂੰ ਹੀ ਕਰ ਰਹੀ ਸੀਗੀ। ਔਰ ਸਫਾਈ ਨਾ ਕਰੇ ਤਾਂ ਰਹਿੰਦੇ, ਜੇ ਸਾਰੇ ਜਾਣੇ ਯੋਗਦਾਨ ਦੇਣ ਆਪਣਾ ਸਫਾਈ ਰੱਖਣ ਵਿੱਚ, ਇੱਕ ਜਣਾ ਸਫਾਈ ਰੱਖ ਨਹੀਂ ਸਕਦਾ ਹੈਗਾ ਅੱਛੇ ਤਰੀਕੇ ਨਾਲ, ਜੇ ਆਪਾਂ ਕਹੀਏ ਇੱਕ ਜਣਾ ਸਫਾਈ ਕਰੂਗਾ ਵੀ ਘਰ ਸਾਫ਼ ਰਹੂਗਾ, ਉਨਾ ਸਾਫ਼ ਨਹੀਂ ਰਹਿੰਦਾ ਘਰ। ਜੇ ਸਾਰੇ ਘਰ ਦੇ ਮੈਂਬਰ ਯੋਗਦਾਨ ਪਾਉਣ ਨਾ ਸਫਾਈ ਕਰਨ 'ਚ, ਫਿਰ ਘਰ ਬਹੁਤ ਵਧੀਆ ਸਾਫ਼ ਰਹਿੰਦਾ, ਕਿਉਂਕਿ ਇਕੱਲਾ ਬੰਦਾ ਉਨੀ ਨਹੀਂ ਕਰ ਸਕਦਾ ਹੈਗਾ। ਠੀਕ ਆ, ਸਫਾਈ ਉਹ ਕਰਦਾ ਹੁੰਦਾ, ਪਰ ਜਿਵੇਂ ਹੈ ਨਾ ਕਿਸੇ ਚੀਜ਼ ਚੱਕਣੀ ਰੱਖਣੀ, ਕਿਤੇ ਸਾਫ਼ ਹੱਥ ਲਾਉਣੇ, ਕਿਤੇ ਗੰਦੇ ਲਾਉਣੇ, ਐਂ ਥੋੜ੍ਹਾ ਫਰਕ ਰਹਿੰਦਾ ਉਸ ਚੀਜ਼ ਦਾ। ਜੇ ਆਪ ਸਫਾਈ ਕਰਦੇ ਹੋਈਏ ਨਾ, ਫਿਰ ਆਪਾਂ ਨੂੰ ਕਦਰ ਹੁੰਦੀ ਹੈ ਸਫਾਈ ਦੀ, ਵੀ ਕਿੰਨੀ ਮਿਹਨਤ ਲੱਗਦੀ ਹੈ ਸਫਾਈ ਕਰਨ 'ਤੇ, ਅਤੇ ਗੰਦ ਪਾਉਣ 'ਚ ਕੋਈ ਟਾਈਮ ਨਹੀਂ ਲੱਗਦਾ ਹੈਗਾ। ਸਫਾਈ ਬਹੁਤ ਟਾਈਮ ਖਾਂਦੀ ਆ, ਮਿਹਨਤ ਖਾਂਦੀ ਆ, ਅਤੇ ਗੰਦ ਪਾਉਣਾ ਦੇਖੋ ਕੋਈ ਔਖਾ ਨਹੀਂ ਗਾ, ਗੰਦਗੀ ਜਦੋਂ ਮਰਜ਼ੀ ਫੈਲਾ ਲਓ। ਅਤੇ ਸਾਫ਼ ਸੁਥਰਾ ਮੈਨੂੰ ਘਰ ਤਾਂ ਜ਼ਰੂਰ ਵਧੀਆ ਲੱਗਦਾ, ਜਿਵੇਂ ਡਸਟਿੰਗ ਮੈਂ ਟਾਈਮ ਟੂ ਟਾਈਮ ਕਰਦਾ ਨਹੀਂ, ਫਿਰ ਇੰਨਾ ਜ਼ਿਆਦਾ ਨਹੀਂ ਗੰਦਾ ਹੁੰਦਾ, ਬਿਲਕੁਲ ਸਾਫ਼ ਸੁਥਰਾ ਹੀ ਘਰ ਹੁੰਦਾ। ਹਾਂ, ਡਸਟ ਥੋੜ੍ਹੀ ਬਹੁਤ ਜ਼ਰੂਰ ਹੁੰਦੀ ਆ, ਤਾਂ ਫਿਰ ਹੋਣੀ ਆ, ਡਸਟ ਅੰਦਰ ਆਉਣੀ ਆ। ਡਸਟਿੰਗ ਕਰਨਾ ਨਾ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ, ਇੱਕ ਤਾਂ ਡਸਟਿੰਗ ਕਰਕੇ ਨਾ ਪਸੀਨਾ ਨਿਕਲਦਾ, ਜਿਹੜਾ ਐਂ ਹੁੰਦਾ ਵੀ ਐਕਸਰਸਾਈਜ਼ ਕਰ ਲਈ ਬੋਡੀ ਦੀ, ਵੀ ਜੇ ਐਕਸਰਸਾਈਜ਼ ਹੋ ਗਈ ਉਹ ਜਿਹੀ ਡਸਟਿੰਗ ਹੋ ਗਈ, ਅਤੇ ਜਦੋਂ ਘਰ ਸਾਫ਼ ਹੁੰਦਾ ਫਿਰ ਉਹ ਵੀ ਮਨ
ਅਤੇ ਕੰਮ ਕਰਨਾ ਵੀ ਵਧੀਆ ਲੱਗਦਾ, ਬਾਕੀ ਜਿਹਨੇ ਨਹੀਂ ਕਰਨਾ ਫਿਰ ਉਹਨੇ ਨਹੀਂ ਕਰਨਾ, ਉਹਨੂੰ ਕੋਈ ਹੈ ਹੀ ਨਹੀਂ, ਪਸੀਨਾ ਨਿਕਲੇ ਨਾ ਨਿਕਲੇ ਚਲੋ ਠੀਕ ਹੈ ਇੱਕ ਬਰਾਬਰ ਹੀ ਸਾਰਾ ਕੁਛ, ਪਰ ਜਿਹਨੇ ਕਰਨਾ ਹੁੰਦਾ ਨਾ ਉਹਨੂੰ ਤਾਂ ਐਂ ਦਿਖੀ ਜਾਂਦਾ ਵੀ ਆਹ ਵੀ ਘਰ ਦਾ ਖੂੰਜਾ ਗੰਦਾ, ਆਹ ਵੀ ਗੰਦਾ, ਆਹ ਵੀ ਮੈਂ ਸਾਫ਼ ਕਰਦਾ। ਮੈਂ ਕਈ ਵਾਰ ਐਂ ਕਰਦੀ ਹੁੰਦੀ ਰਾਤ ਨੂੰ ਨਾ, ਮੈਂ ਜਦੋਂ ਸੌਂਦੀ ਹੁੰਦੀ ਮੈਂ ਪਲੈਨਿੰਗ ਕਰਦੀ ਹੁੰਦੀ ਰਾਤ ਨੂੰ, ਅੱਜ ਸਵੇਰੇ ਮੈਂ ਆਹ ਕੰਮ ਕਰਨਾ, ਆਹ ਕਰਨਾ, ਮੈਂ ਡਸਟਿੰਗ ਕਰਨੀ, ਮੈਂ ਕੱਪੜੇ ਧੋਣੇ, ਆਹ ਕਰਨਾ। ਫਿਰ ਮੇਰੇ ਹਸਬੈਂਡ ਮੈਨੂੰ ਕਹਿਣ ਲੱਗ ਜਾਂਦੇ ਨੇ, ਕਹਿੰਦੇ ਤੂੰ ਪਹਿਲਾਂ ਕੰਮ ਹੀ ਕਰਿਆ ਕਰ, ਆਪਦੇ ਕੰਮ ਕਰਕੇ ਨਾ ਖਤਮ ਕਰਕੇ ਫਿਰ ਤੂੰ ਪਿਆ ਕਰ, ਵੀ ਰਾਤ ਨੂੰ ਸੌਣਾ ਹੁੰਦਾ ਉਹ ਤੋਂ ਟਿੱਕੇ ਸੌਂ ਜਾਇਆ ਕਰ, ਸਾਰਾ ਦਿਨ ਤੇਰੇ ਦਿਮਾਗ 'ਚ ਕੰਮ ਹੀ ਘੁੰਮੀ ਜਾਂਦੇ ਨੇ। ਫਿਰ ਕਈ ਵਾਰ ਮੇਰਾ ਸਵੇਰੇ ਸਿਰ ਦੁਖਣ ਲੱਗ ਜਾਂਦਾ ਵੀ ਉਹ ਕੰਮ, ਉਹ ਟੈਨਸ਼ਨ ਮੇਰੇ ਦਿਮਾਗ 'ਤੇ ਰਹਿ ਜਾਂਦੀ ਆ। ਫਿਰ ਮੈਨੂੰ ਬਹੁਤ ਕੁਛ ਹੁੰਦੇ ਨੇ, ਕਹਿੰਦੇ ਸੌਣ ਵੇਲੇ ਨਾ ਕੰਮ ਜੇ ਗਿਣਿਆ ਕਰ, ਜਾਂ ਤਾਂ ਕੰਮ ਖਤਮ ਕਰਕੇ ਆ ਕੇ ਫਿਰ ਪਿਆ ਕਰ, ਜਾਂ ਕੰਮ ਨਾ ਗਿਣਿਆ ਕਰ। ਫਿਰ ਕਿਉਂਕਿ ਮੇਰੀ ਆਦਤ ਹੈ, ਮੈਂ ਪਲੈਨਿੰਗ ਜ਼ਰੂਰ ਕਰਦੀ ਕਰਦੀ ਹਾਂ ਵੀ ਕੱਲ੍ਹ ਨੂੰ ਮੈਂ ਕੀ ਕੰਮ ਕਰਨੇ ਨੇ, ਮੈਂ ਪਲੈਨਿੰਗ ਨਾਲ ਚੱਲਦੀ ਹਾਂ, ਕਿਉਂਕਿ ਕੋਈ ਵੀ ਘਰ ਆ ਪਲੈਨਿੰਗ ਨਾਲ ਸਿਸਟਮ ਨਾਲ ਹੀ ਚੱਲਦਾ। ਜੇ ਆਪਾਂ ਕੁਛ ਪਲੈਨ ਨਹੀਂ ਕਰਾਂਗੇ ਫਿਰ ਆਪਾਂ ਕਰਾਂਗੇ ਕੀ, ਹੈ ਨਾ। ਮੈਨੂੰ ਉਹ ਅਚਾਨਚੱਕ ਜੇ ਕੰਮ ਕਰਨਾ ਚੰਗੇ ਲੱਗਦੇ ਵੀ ਆਹ ਕੰਮ ਫੜ ਲਓ, ਹੁਣ ਆਹ ਫੜ ਲਓ, ਹੁਣ ਆਹ ਕਰ ਲਓ, ਮੈਂ ਹਰ ਇੱਕ ਦਿਨ ਲਈ ਇੱਕ ਕੰਮ ਪਲੈਨ ਕਰਦੀ, ਚਾਹੇ ਮੈਂ ਰਾਤ ਨੂੰ ਪਲੈਨਿੰਗ ਕਰ ਲਵਾਂ ਅਗਲੇ ਦਿਨ ਕੀ ਕਰਨਾ, ਜਾਂ ਮੈਂ ਸਵੇਰੇ ਉੱਠ ਕੇ ਪਲੈਨ ਕਰ ਲਾ ਵੀ ਅੱਜ ਮੈਂ ਆਹ ਕੰਮ ਕਰਨੇ ਨੇ, ਫਿਰ ਉਹ ਲਿਸਟ ਦਿਮਾਗ 'ਚ ਬਣ ਜਾਂਦੀ, ਆਪਾਂ ਫਿਰ ਉਹ ਫਿਰ ਹੀ ਕੰਪਲੀਟ ਕਰਾਂਗੇ ਜਾਂ ਆਪਣੀ ਲਿਸਟ ਹੋ ਕੋਈ ਕੰਮਾਂ ਦੀ। ਜਿਵੇਂ ਸਵੇਰੇ ਉੱਠ ਕੇ ਮੈਂ ਖਾਣੇ 'ਚ ਕੀ ਬਣਾਉਣਾ, ਮੈਂ ਰਾਤ ਨੂੰ ਪਲੈਨ ਕਰਕੇ ਬਹਿੰਦੀ ਹਾਂ ਵੀ ਆਹ ਮੈਂ ਚੀਜ਼ ਸਵੇਰੇ 'ਚ ਖਾਣੇ 'ਚ ਬਣਾਉਣੀ ਆ, ਫਿਰ ਸਵੇਰੇ ਸਵੇਰੇ ਉੱਠ ਕੇ ਉਹੀ ਕੰਮ ਫੜ ਲਈਦਾ, ਹੈ ਨਾ। ਆਪਾਂ ਪਹਿਲਾਂ ਸੋਚੋ, ਦੇਖੋ, ਫਰਿੱਜ ਖੋਲੋ, ਕਦੇ ਬੰਦ ਕਰੋ, ਆਹ ਚੀਜ਼ ਹੈਗੀ ਆ ਹੈ ਨਹੀਂ, ਫਿਰ ਮੈਨੂੰ ਐਂ ਚੰਗਾ ਲੱਗਦਾ, ਮੈਨੂੰ ਪਲੈਨਿੰਗ ਕਰਕੇ ਚੱਲਣਾ ਵਧੀਆ ਲੱਗਦਾ ਗਾ, ਵੀ ਘਰ ਦਾ ਕੋਈ ਸਿਸਟਮ ਹੋਵੇ, ਹੈ ਨਾ, ਕੋਈ ਆਪਾਂ ਪਲੈਨਿੰਗ ਨਾਲ ਚੱਲੀਏ ਫਿਰ ਵਧੀਆ ਲੱਗਦਾ। ਔਰ ਪਲੈਨਿੰਗ ਕਰਕੇ ਕੰਮ ਹੋ ਵੀ ਜਾਂਦੇ ਨੇ, ਅਨਪਲੈਨਡ ਜਾਂ ਆਪਾਂ ਕੁਛ ਕਰੀਏ ਨਾ ਫਿਰ ਉਹਨਾਂ ਮਜ਼ਾ ਨਹੀਂ ਆਉਂਦਾ ਉਹ ਕੰਮ ਕਰਨ 'ਚ। ਸੋ ਇਹ ਮੇਰੀ ਹੋ ਗਈ ਡਸਟਿੰਗ, ਅਤੇ ਉਸ ਤੋਂ ਬਾਅਦ ਹੁਣ ਮੈਂ ਨਾ ਚੋਕਲੇਟ ਮੈਲਟ ਕੀਤਾ ਸੀਗਾ, ਮੈਂ ਚੋਕਲੇਟ ਸੈੱਟ ਕਰ ਰਹੀ ਸੀ ਆਪਣੇ ਬੇਟੇ ਦੀ, ਮੇਰੇ ਇੱਕਦਮ ਦਿਮਾਗ 'ਚ ਆਇਆ, ਮੈਂ ਕਿਹਾ ਚਲੋ ਚੋਕਲੇਟ ਵੀ ਹੁਣ ਉਹਨੂੰ ਮੈਂ ਖਵਾ ਦਾਂ, ਚੋਕਲੇਟ ਬਣਾ ਕੇ ਰੱਖ ਦਿੰਦੀ ਹਾਂ, ਇਹ ਵੀ ਕਿਹੜਾ ਖਰਾਬ ਹੁੰਦਾ, ਵੀ ਜਿਹੜਾ ਕੰਮ ਹੋ ਜਾਵੇ ਉਹ ਵੀ ਵਧੀਆ। ਫਿਰ ਮੇਰੇ ਦਿਮਾਗ 'ਚ ਆ ਗਿਆ, ਮਾਈਕ੍ਰੋਵੇਵ 'ਚ ਮੈਂ ਫਟਾਫਟ ਚੋਕਲੇਟ ਮੈਲਟ ਕਰਿਆ, ਮੈਲਟ ਕਰਕੇ ਤਾਂ ਇਹਨਾਂ ਵਿੱਚ ਹੁਣ ਮੈਂ ਚੋਕਲੇਟ ਮੋਲਡਸ ਦੇ ਵਿੱਚ ਸੈੱਟ ਕਰ ਦੂੰਗੀ, ਮੈਂ ਚੱਲ 2-3 ਦਿਨ ਉਹ ਰਹੂਗਾ, ਚੱਲ ਖਾ ਲੂਗਾ। ਮਾਂ ਮਾਏ ਹੁੰਦੀ ਹੈ, ਮਾਂ ਦੇ ਮਨ 'ਚ ਬਸ ਐਂ ਹੁੰਦਾ ਵੀ ਬੱਚਿਆਂ ਨੂੰ ਮੈਂ ਕੀ ਖਵਾਦਾ। ਹੁਣ ਜਦੋਂ ਬੱਚੇ ਮੈਨੂੰ ਫੋਨ 'ਤੇ ਕਹਿੰਦੇ ਨੇ ਮੰਮਾ ਆਹ ਖਾਣਾ, ਮੰਮਾ ਆਹ ਚੀਜ਼ ਕਰਦਾ, ਮੰਮਾ ਅਸੀਂ ਆਹ ਮਿਸ ਕਰਦੇ ਹਾਂ, ਫਿਰ ਮੇਰਾ ਇੰਨਾ ਢਿੱਡ ਮੱਚਦਾ, ਫਿਰ ਮੈਨੂੰ ਐਂ ਹੋਊ ਬੱਚਿਆਂ ਨੂੰ ਕਿੱਥੋਂ ਕਵੇਂ ਕੁਛ ਭੇਜਦਾ ਬਸ। ਫਿਰ ਐਂ ਕਹਿੰਦੀ ਬਸ ਵਾਹਿਗੁਰੂ ਜੀ ਜਲਦੀ ਜਲਦੀ ਬੱਚਿਆਂ ਨਾਲ ਮੇਲ ਕਰਾ ਦਿਓ, ਤੰਦਰੁਸਤੀਆਂ ਬਖਸ਼ੋ ਇਹਨਾਂ ਨੂੰ, ਵੀ ਘਰ ਆਉਣ ਮੈਂ ਇਹਨਾਂ ਨੂੰ ਇੰਨਾ ਇੰਨਾ ਕੁਛ ਖਵਾ ਦਾਂ, ਐਂ ਖਵਾਵਾਂ। ਬਹੁਤ ਮਾਂ ਨੂੰ ਬਸ ਬਹੁਤ ਤੜਫਣਾ ਹੁੰਦੀ ਬੱਚਿਆਂ ਦੀ ਜਦੋਂ ਬੱਚੇ ਦੂਰ ਹੁੰਦੇ ਆ ਨਾ। ਚੋਕਲੇਟ ਮੈਂ ਫਰੀਜ਼ਰ ਵਿੱਚ ਰੱਖਤੇ ਸੈੱਟ ਹੋਣੇ, ਅਤੇ ਦੇਖੋ ਚੋਕਲੇਟ ਹੋ ਗਏ ਸੈੱਟ, ਬਹੁਤ ਅੱਛੀ ਸ਼ੇਪ ਆ ਜਾਂਦੀ ਇਹਦੇ ਵਿੱਚ, ਬੱਚੇ ਵੀ ਪਸੰਦ ਕਰਦੇ ਨੇ, ਔਰ ਐਂ ਲੱਗਦਾ ਬਿਲਕੁਲ ਜਿਵੇਂ ਆਪਾਂ ਬਾਜ਼ਾਰ 'ਚੋਂ ਚੋਕਲੇਟ ਲੈ ਕੇ ਆਏ ਹੁੰਦੇ ਹਾਂ। ਇਹ ਸਾਰਾ ਹੁਣ ਮੈਂ ਨਾ ਕੰਟੇਨਰ 'ਚ ਪਾ ਕੇ ਫਰਿੱਜ ਵਿੱਚ ਰੱਖ ਦੂੰਗੀ, ਫਿਰ ਆ ਕੇ ਉਹ ਖਾ ਲੂਗਾ। ਆ ਦੇਖੋ ਬਹੁਤ ਹੀ ਜ਼ਿਆਦਾ ਸੋਹਣੀ ਸ਼ੇਪ ਆਈ ਹੈ ਚੋਕਲੇਟ ਦੀ, ਜੇ ਆਪਾਂ ਕਿਸੇ ਨੂੰ ਗਿਫਟ ਕਰਨੇ ਹੋਣ ਨਾ ਆਪਾਂ ਗਿਫਟ ਵੀ ਕਰ ਸਕਦੇ ਹਾਂ, ਕਿਸੇ ਪਾਊਚ ਵਿੱਚ ਪਾ ਕੇ ਜਾਂ ਕਿਸੇ ਅੱਛੇ ਜਿਹੇ ਰੈਪਰਸ ਵਿੱਚ ਰੈਪ ਕਰਕੇ। ਮੈਂ ਇਹਨਾਂ ਨੂੰ ਪਾਊਂਗੀ ਕੰਟੇਨਰ 'ਚ ਅਤੇ ਫਰਿੱਜ ਵਿੱਚ ਰੱਖ ਦੂੰਗੀ, ਆਊਗਾ ਤਾਂ ਫਿਰ ਖਾ ਲੂਗਾ। ਵੀਡੀਓ ਦੇਖਣ ਲਈ ਤੁਹਾਡਾ ਬਹੁਤ 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 ਥੈਂਕਸ। ਅੱਜ ਦੀ ਵੀਡੀਓ ਤੁਹਾਨੂੰ ਅੱਛੀ ਲੱਗੀ ਤਾਂ ਪਲੀਜ਼ ਲਾਈਕ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ। ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।